बहुत सारे बच्चे अंग्रेजी दे विच नंबर चा ना होण कारण रह जांदे आ। ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਡਿਪਲੋਮੇ 'ਚ ਅਪਲਾਈ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦਾ ਡਿਪਲੋਮਾ ਲੈਣਾ ਤੁਸੀਂ, ਕੰਪਿਊਟਰ ਦਾ, ਬਿਜ਼ਨਸ ਦਾ, ਆਈ ਟੀ ਦਾ, ਹੈਲਥ ਦਾ, ਹੋਸਪਿਟੈਲਿਟੀ ਦਾ, ਹਰ ਤਰ੍ਹਾਂ ਦੇ ਡਿਪਲੋਮੇ ਦੀ ਆਇਲਸ ਦੀ ਰਿਕੁਆਇਰਮੈਂਟ 5.5 ਹੁੰਦੀ ਹੈ। ਜਦੋਂ ਤੁਸੀਂ ਕਿਸੇ ਡਿਗਰੀ ਕੋਰਸ ਦੇ ਵਿੱਚ ਅਪਲਾਈ ਕਰਦੇ ਹੋ ਉਹਦੀ ਆਇਲਸ ਦੀ ਰਿਕੁਆਇਰਮੈਂਟ 6 ਹੁੰਦੀ ਹੈ। ਕਿਉਂ ਅਸੀਂ ਬੈਂਡ ਦੀ ਗੱਲ ਕਰਦੇ ਹਾਂ? ਕਿਉਂਕਿ ਅੱਜ ਪੇਂਡੂ ਪਿਛੋਕੜ ਹੋਣ ਕਾਰਨ ਬੱਚਿਆਂ ਨੂੰ ਆਇਲਸ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ। ਵੈਸੇ ਵੀ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਵਾ ਪੈਂਡੈਮਿਕ ਚੱਲਦਾ ਪਿਆ, ਔਰ ਇਹਦੇ ਚੱਲਦਿਆਂ ਆਇਲ ਸੈਂਟਰ ਨਹੀਂ ਖੁੱਲ੍ਹ ਪਾ ਰਹੇ, ਪੇਪਰ ਨਹੀਂ ਹੋ ਪਾ ਰਹੇ। ਤੁਸੀਂ ਪੀ ਟੀ ਕਰ ਸਕਦੇ ਹੋ, ਹੋਰ ਵੀ ਕਈ ਤਰ੍ਹਾਂ ਦੇ ਆਇਲਸ ਦੇ ਟੈਸਟ ਆ। ਜਿਹੜਾ ਲੈਵਲ ਚਾਹੀਦਾ ਵਾ ਉਹ 5.5 ਦਾ ਲੈਵਲ ਚਾਹੀਦਾ ਜੇ ਤੁਸੀਂ ਆਸਟ੍ਰੇਲੀਆ ਜਾਣਾ। ਤੁਸੀਂ ਸਿਡਨੀ, ਮੈਲਬਰਨ, ਪਰਥ, ਐਡੀਲੇਡ ਕਿਸੇ ਵੀ ਸ਼ਹਿਰ ਦੇ ਵਿੱਚ ਅਪਲਾਈ ਕਰਨਾ। ਜੇ ਤੁਸੀਂ ਡਿਪਲੋਮੇ 'ਚ ਅਪਲਾਈ ਕਰੋਗੇ ਤਾਂ ਤੁਸੀਂ 5.5 ਨਾਲ ਅਪਲਾਈ ਕਰ ਸਕਦੇ ਹੋ। ਜੇ ਡਿਗਰੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਲਈ 6 ਚਾਹੀਦੇ ਆ। ਅਸੀਂ 3 ਪਹਿਲਾਂ ਦੀ ਗੱਲ ਕਰ ਲਈਏ ਤਾਂ ਜੋ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਮੀਟਿੰਗ ਹੋਈ ਹੈ ਸਕੌਟ ਮੋਰੀਸਨ ਦੇ ਨਾਲ, ਮੈਂ ਆਲਰੇਡੀ ਪੋਸਟ ਵੀ ਕੀਤੀ ਸੀ ਆਪਣੇ ਫੇਸਬੁੱਕ 'ਤੇ, ਅਤੇ ਦੋਵਾਂ ਦੇਸ਼ਾਂ ਦੇ ਸੰਬੰਧ ਆਪਸ ਦੇ ਵਿੱਚ ਬਹੁਤ ਵਧੀਆ ਹੋ ਰਹੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛਾ ਟ੍ਰੇਡ ਹੋਏਗਾ। ਸਾਰਿਆਂ ਨੂੰ ਪਤਾ ਵਾ ਇਸ ਟਾਈਮ ਇਕੋਨਮੀ ਹਰ ਮੁਲਕ ਦੀ ਹਿੱਲੀ ਹੋਈ ਹੈ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਡਾ ਵੀ ਫਰਜ਼ ਬਣਦਾ ਕਿ ਤੁਹਾਨੂੰ ਇਹ ਜ਼ਰੂਰ ਦੱਸੀਏ ਕਿ ਹਾਲਾਤ ਕੀ ਬਣਨ ਜਾ ਰਹੇ ਅੱਗੇ। ਅੱਗੇ ਅੱਗੇ ਅਸੀਂ ਦੇਖਾਂਗੇ ਕਿ ਹਰ ਕੰਟਰੀ ਨਰਮ ਹੋਏਗੀ ਵੀਜ਼ੇ ਦੇਣ ਦੇ ਵਿੱਚ, ਅਤੇ ਜੇ ਤੁਹਾਡਾ 2 ਦਾ ਗੈਪ ਵੀ ਹੈ, 2018 ਤੱਕ ਵੀ ਤੁਸੀਂ ਪਲੱਸ ਟੂ ਕੀਤੀ ਹੈ, ਵੀ ਆਰ ਰੈਡੀ ਟੂ ਟੇਕ ਯੋਰ ਐਪਲੀਕੇਸ਼ਨ। ਮੈਂ ਨਹੀਂ ਕਹਿੰਦਾ ਸਾਰਿਆਂ ਦੇ ਵੀਜ਼ੇ ਆ ਜਾਣਗੇ, ਬਟ ਹਾਂ ਜਿਹੜੇ ਅਪਲਾਈ ਕਰਨਗੇ ਉਹਨਾਂ ਦੇ ਹੀ ਆਉਣਗੇ। ਲਾਟਰੀ ਤਾਂ ਉਹਦੀ ਨਿਕਲਦੀ ਹੈ ਨਾ ਜਿਹੜਾ ਪਾਉਂਦਾ। ਇਸ ਕਰਕੇ ਇਫ ਯੂ ਆਰ ਵੇਟਿੰਗ, ਦਿਸ ਇਜ਼ ਦਾ ਰਾਈਟ ਟਾਈਮ, ਆਓ ਆ ਕੇ ਅਪਲਾਈ ਕਰੀਏ। ਦਿੱਤੇ ਗਏ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰੋ। ਪੋਲਿਸੀ ਉਹੀ ਰਹੇਗੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਧੰਨਵਾਦ। ਥੈਂਕ ਯੂ।